ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਦਿਨੇਸ਼ ਕੁਮਾਰ ਹੈ ਜੀ। ਅੱਜ ਜਿਸ ਤਰ੍ਹਾਂ ਦਾ ਮਹੀਨ ਚ ਦਿੱਤੀ, ਹਾਂਜੀ, ਮੈਨੂੰ ਬਹੁਤ ਖੁਸ਼ੀ ਹੋਈ ਵੀ ਰੋਟੀ ਕਲੱਬ ਵੱਲੋਂ ਜਿਹੜੀ ਵੀਰਚਰ ਮਿਲੀ ਹੈ ਸਰ, ਮੈਂ ਦਿਲੋਂ ਉਹਨਾਂ ਦੇ ਪਰਿਵਾਰ ਵੱਲੋਂ, ਸਾਡਾ ਸਰ ਦੇ ਪਰਿਵਾਰ ਵੱਲੋਂ ਦਿਲੋਂ ਸਤਿਕਾਰਯੋਗ ਬੇਨਤੀ ਧੰਨਵਾਦ ਕਰਦਾ ਜੀ। ਹਾਂਜੀ ਸਰ। ਹਾਂਜੀ, ਮੈਂ ਮਨਪ੍ਰੀਤ ਸਿੰਘ, ਸਕੱਤਰ ਰੋਟਰੀ ਕਲੱਬ ਫਰੀਦਕੋਟ। ਅਸੀਂ ਰੋਟਰੀ ਕਲੱਬ ਫਰੀਦਕੋਟ ਵੱਲੋਂ ਅੱਜ ਦਿਨੇਸ਼ ਕੁਮਾਰ ਜੀ ਨੂੰ ਅਸੀਂ ਵੀਲਚੇਅਰ ਦਿੱਤੀ ਹੈ। ਅਸੀਂ 50 ਵੀਲਚੇਅਰਾਂ ਇਸ ਵਾਰ ਅਸੀਂ ਸਾਡੀ ਗ੍ਰਾਂਟ 'ਚ ਆਈਆਂ ਸੀਗੀਆਂ। 50 ਵੀਲਚੇਅਰਾਂ 'ਚ ਅਸੀਂ 25 ਵੀਲਚੇਅਰਾਂ ਮੈਡੀਕਲ ਦਿੱਤੀਆਂ, 5 ਵੀਲਚੇਅਰਾਂ ਸਿਵਲ ਹਸਪਤਾਲ, ਅਤੇ ਬਾਕੀ ਇੰਡੀਵਿਜੁਅਲ ਤੌਰ 'ਤੇ ਜਿਹਨੂੰ ਜਿਹਨੂੰ ਜਿਵੇਂ ਲੋੜ ਸੀਗੀ ਉਵੇਂ ਅਸੀਂ ਵੀਲਚੇਅਰਾਂ ਦਿੱਤੀਆਂ। ਕੀ ਸੰਦੇਸ਼ ਦੇਣਾ ਚਾਹੁੰਦੇ? ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆਪਦੀ ਕਿਰਤ ਕਮਾਈ 'ਚੋਂ। ਮੈਂ ਕਹਿੰਦਾ ਜੀ, ਜੇ ਕੋਈ ਬੰਦਾ ਕੋਈ 10 ਪੈਸੇ ਵੀ ਆਪਦੀ ਕਿਰਤ ਕਮਾਈ 'ਚ ਆਪਦੇ ਲਾਵੇ, ਮਨੁੱਖਤਾ ਦੀ ਸੇਵਾ 'ਤੇ ਹਮੇਸ਼ਾ ਲਾਉਣੇ ਚਾਹੀਦੇ ਹੈ। ਇਹ ਨਾਲ ਹਮੇਸ਼ਾ ਬੰਦਾ ਵਾਧਾ ਫੁੱਲਦਾ ਜੀ। ਧੰਨਵਾਦ। ਦਵਿੰਦਰ ਸਿੰਘ, ਪੰਜਾਬ ਮੋਟਰਸ NGO, ਜਿਹੜੇ ਸਾਡੇ ਜਨਮ ਤੋਂ ਪਹਿਲਾਂ ਇਸ ਦੁਨੀਆਂ ਨੂੰ ਚਲਾਉਂਦੇ ਸੀ, ਸਾਡੀ ਮੌਤ ਤੋਂ ਬਾਅਦ ਵੀ ਚਲਾਈ ਜਾਣਗੇ, ਪਰ ਸਾਡਾ ਕੰਮ ਵਰਤਮਾਨ ਨੂੰ ਹੋਰ ਵੀ ਚੰਗੇਰਾ ਬਣਾਉਣਾ। ਵਰਤਮਾਨ ਨੂੰ ਚੰਗੇਰਾ ਬਣਾਉਣ ਵਾਸਤੇ RID 3090 ਡਿਸਟ੍ਰਿਕਟ ਦੇ ਇੱਕ ਫਰੀਦਕੋਟ ਦੇ ਪ੍ਰਧਾਨ ਅਰਵਿੰਦ ਛਾਵੜਾ ਜੀ, ਮਨਪ੍ਰੀਤ ਸਿੰਘ ਬਰਾੜ, ਰੋਟਰੀ ਕਲੱਬ ਫਰੀਦਕੋਟ ਦੀ ਪੂਰੀ ਟੀਮ ਦੇ ਸਾਰੇ ਮੈਂਬਰਾਂ ਨੇ ਇਹ ਤਹੱਈਆ ਕੀਤਾ ਵੀ ਸਾਡੇ ਹਿੱਸੇ ਮਾਨਵਤਾ ਦੇ, ਮਨੁੱਖਤਾ ਦੀ ਭਲਾਈ ਦੇ ਕਾਰਜ ਆਏ ਨੇ, ਅਤੇ ਅਸੀਂ ਉਹ ਕਾਰਜ ਕਰਦੇ ਵੀ ਹਾਂ। 50 ਦੇ ਕਰੀਬ ਅਸੀਂ ਆ ਵੀਲਚੇਅਰ ਡੋਨੇਟ ਕੀਤੀਆਂ ਜ਼ਰੂਰਤਮੰਦਾਂ ਨੂੰ, ਖਾਸ ਤੌਰ 'ਤੇ ਜਿਹੜੇ ਲੋਕ ਕੁਝ ਅਪਾਹਜ ਹੁੰਦੇ ਨੇ, ਬਾਡੀ ਕੰਪਲੀਟ ਨਹੀਂ ਹੁੰਦੀ, ਜਿਵੇਂ ਇਹ ਦਿਨੇਸ਼ ਕੁਮਾਰ ਜੀ ਲੱਤਾਂ ਤੋਂ ਅਪਾਹਜ ਨੇ। ਮੈਨੂੰ ਨਾ ਇਹਨਾਂ ਦੀ ਇਹ ਗੱਲ ਤਾਂ ਬਹੁਤ ਮਾੜੀ ਲੱਗੀ, ਰੱਬ 'ਤੇ ਵੀ ਕਿਤੇ ਨਾ ਕਿਤੇ ਗਿਲਾ ਆਇਆ ਵੀ ਰੱਬਾ ਤੂੰ ਇਹਨੂੰ 2 ਲੱਤਾਂ ਜੇ ਦੇ ਦਿੰਦਾ ਤਾਂ ਇਹ ਵੀ ਤੁਰ ਫਿਰ ਕੇ ਦੁਨੀਆ ਆਪਦੀ ਵੇਖ ਲੈਂਦਾ, ਪਰ ਤਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋਈ ਪੀਜਾ ਸਦ ਨਮਸਕਾਰਾ। ਅਸੀਂ ਤਾਂ ਕੱਲੀ ਨਮਸਕਾਰ ਕਰ ਸਕਦੇ ਹਾਂ, ਉਹਨੇ ਕੀ ਦੁਨੀਆ ਨੂੰ ਦੇਣਾ, ਕਿਹਨੇ ਕਿਵੇਂ ਭੇਜਣਾ, ਇਹ ਉਹਦੇ ਹੱਥ ਹੈ, ਕਿਉਂਕਿ ਜੰਮਣ ਮਰਨਾ ਹੁਕਮ ਹੈ, ਭਾਣਾ ਆਵਾ ਜਾਏ, ਸਭ ਕੁਛ ਅਕਾਲ ਪੁਰਖ ਦੇ ਹੱਥ ਹੈ। ਲੇਕਿਨ ਮੈਨੂੰ ਇਹ ਦਿਨੇਸ਼ ਕੁਮਾਰ ਦੀ ਇਹ ਗੱਲ ਕਚਹਿਰੀਆਂ ਵਿੱਚ ਆ ਕੇ ਜਦੋਂ ਮੈਂ ਦੇਖਦਾ ਵੀ ਲੱਤਾਂ ਤੋਂ ਅਪਾਹਜ ਹੈ, ਅਤੇ ਆਹ ਟਰਾਈ ਸਾਈਕਲ 'ਤੇ ਇਹ ਇੱਕ ਹੱਥ ਨਾਲ ਸਾਈਕਲ ਚਲਾ ਕੇ ਅਤੇ ਪਰਚੀਆਂ ਕੱਢਦਾ ਮੈਨੂੰ ਦਿਸਦਾ, ਉਹ ਪਰਚੀਆਂ ਕਾਹਦੀਆਂ ਕੱਢਦਾ? ਇੱਥੇ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਸਕੂਟਰ, ਮੋਟਰਸਾਈਕਲ, ਕਾਰਜ਼ ਇਹਨਾਂ ਦੀ ਇਹ ਪਰਚੀ ਕੱਢਦਾ, ਅਤੇ 10-20 ਰੁਪਈਏ ਜਿੰਨੇ ਵੀ ਉਹਦੀ ਰੱਖ ਰਖਾਅ ਵਾਸਤੇ ਮਿਲਦੇ ਨੇ ਉਹਦੇ ਨਾਲ ਆਪਦੀ ਪੂਰੀ ਟੀਮ ਦਾ, ਆਪਦੇ ਪਰਿਵਾਰ ਦਾ ਪੇਟ ਪਾਲਦਾ। ਜ਼ਿੰਦਗੀ ਦੇ ਵਿੱਚ ਸਾਨੂੰ ਦੁਨੀਆ 'ਤੇ ਭੇਜਿਆ ਸਕਾਲ ਪੁਰਖ ਨੇ। ਮੈਂ ਦੇਖਦਾ ਕਈ ਲੋਕ ਸਰੀਰਕ ਤੌਰ 'ਤੇ ਕੰਪਲੀਟ ਹੁੰਦੇ ਨੇ, ਲੱਤਾਂ ਬਾਹਾਂ ਕੰਪਲੀਟ ਬਾਡੀ ਹੁੰਦੀ ਹੈ, ਲੇਕਿਨ ਫਿਰ ਵੀ ਮੰਗਦੇ ਫਿਰਦੇ ਹੁੰਦੇ। ਮੈਂ ਬੜੀ ਵਾਰੀ ਕਹਿੰਦਾ ਯਾਰ ਮੰਗਿਆ ਨਾ ਕਰੋ, ਕਿਰਤ ਕਰੋ, ਨਾਮ ਜਪ ਅਤੇ ਵੰਡ ਛਕੋ। 3 ਗੱਲਾਂ ਸਾਨੂੰ ਗੁਰੂ ਸਾਹਿਬ ਨੇ ਸਿਖਾਈਆਂ ਹੈ, ਇਹ ਦਿਨੇਸ਼ ਉਹਨਾਂ 'ਚੋਂ ਇੱਕ ਕੰਮ ਕਰਦਾ ਹੈ। ਹਾਸ਼ਮ ਫਤਿਹ ਨਸੀਬ ਤਿੰਨਾਂ ਦੇ ਜਿੰਨਾ ਹਿੰਮਤ ਯਾਰ ਦਿਖਾਈ, ਅਪਾਹਜ ਹੋਣ ਦੇ ਬਾਵਜੂਦ, ਲੱਤਾਂ ਨਾ ਹੋਣ ਦੇ ਬਾਵਜੂਦ ਵੀ ਇਹ ਇਨਸਾਨ ਕਦੇ ਮੈਂ ਮੰਗਦਾ ਨਹੀਂ ਦੇਖਿਆ, ਇਹ ਪਰਚੀਆਂ ਕੱਢਦਾ ਅਤੇ ਮਿਹਨਤ ਕਰਦਾ। ਜਿਹੜੇ ਮੰਗਣ ਜਾਂਦੇ ਆ ਉਹਨਾਂ ਵਾਸਤੇ ਗੁਰੂ ਸਾਹਿਬ ਨੇ ਇੱਕ ਬਹੁਤ ਵੱਡਾ ਸ਼ਬਦ ਲਿਖਿਆ, ਮੰਗਣ ਮਰਨ ਸਮਾਨ ਹੈ, ਮੰਗਣ ਮਰਨ ਸਮਾਨ ਹੈ, ਮਤ ਕੋ ਮੰਗਾ ਭੀਖ, ਮੰਗਣ ਸੇ ਮਰਨਾ ਭਲਾ ਜੇ ਸਤਿਗੁਰ ਕੀ ਸੀਖ। ਅਕਾਲ ਪੁਰਖ ਨੇ ਵੀ ਸਾਨੂੰ ਇਹ ਸਿਖਾਇਆ ਵੀ
ਜਿਹੜਾ ਬੰਦਾ ਮੰਗਣ ਜਾਂਦਾ ਨਾ ਉਹ ਮਰਨ ਦੇ ਸਮਾਨ ਹੋ ਜਾਂਦਾ। ਸੋ ਮਰਨਾ ਨਹੀਂ ਚਾਹੀਦਾ ਜ਼ਿੰਦਗੀ ਵਿੱਚ, ਕਿਉਂਕਿ ਮਾਣਸ ਜਨਮ ਦੁਲੰਭ ਹੈ। ਹੋਤ ਨਾ ਬਾਰੰਬਾਰ ਜੋ ਬਨਫਲ ਪੰਕੇ ਭੋਏ ਗਿਰੇ ਬਾਹੋ ਨਾ ਲਾਗਤ ਦਾਰ। ਮਨੁੱਖਾ ਜਨਮ ਸਾਨੂੰ ਵਾਰ ਵਾਰ ਨਹੀਂ ਮਿਲਦਾ। ਸੋ ਮਨੁੱਖਾ ਜਨਮ ਵਿੱਚ ਆ ਕੇ ਸਾਨੂੰ ਆਪਦੇ ਜ਼ਿੰਦਗੀ ਦੇ ਵਿੱਚ ਆਪਦੇ ਫਰਜ਼ ਨੂੰ ਪਹਿਚਾਨਣਾ ਚਾਹੀਦਾ। ਸਾਡਾ ਫਰਜ਼ ਕੀ ਹੈ? ਸਾਡਾ ਫਰਜ਼ ਹੈ ਮਾਂ ਬਾਪ ਦੀ ਸੇਵਾ ਕਰਨੀ। ਜੇ ਵਿਆਹ ਹੋ ਗਿਆ ਤਾਂ ਆਪਦੇ ਬੱਚਿਆਂ ਦੀ, ਆਪਦੀ ਪਤਨੀ ਦੀ ਜੋ ਅਸੀਂ ਫਰਜ਼ ਨਿਭਾ ਸਕਦੇ ਸਾਨੂੰ ਨਿਭਾਉਣਾ ਚਾਹੀਦਾ। ਮੰਗਣ ਵਾਸਤੇ ਗੁਰੂ ਸਾਹਿਬ ਨੇ ਮਾੜਾ ਕਿਹਾ, ਜਿੰਨੇ ਵੀ ਲੋਕ ਅੱਜ ਸਮਾਜ ਵਿੱਚ ਮੰਗਦੇ ਫਿਰਦੇ ਨੇ, ਸਾਰਾ ਵਿੱਚ ਕੰਪਲੀਟ ਹੋਣ ਦੇ ਬਾਵਜੂਦ ਵੀ ਮੰਗਦੇ ਫਿਰਦੇ ਨੇ, ਮੈਂ ਉਹਨਾਂ ਨੂੰ ਸੰਦੇਸ਼ ਦਊਂਗਾ ਇਸ ਦਿਨੇਸ਼ ਕੁਮਾਰ ਦੇ ਮਾਧਿਅਮ ਰਾਹੀਂ, ਆਪ ਜੀ ਦੇ ਮਾਧਿਅਮ ਰਾਹੀਂ ਵੀ ਸੰਦੇਸ਼ ਦਊਂਗਾ, ਸੁਨੇਹਾ ਦਊਂਗਾ ਵੀ ਕਦੋਂ ਕਦੇ ਵੀ ਮੰਗੋ ਨਾ ਜ਼ਿੰਦਗੀ ਵਿੱਚ। ਹੱਥ ਨਾ ਫੈਲਾਓ, ਇਹ ਹੱਥ ਕੁਦਰਤ ਨੇ ਤੁਹਾਨੂੰ ਕੁਝ ਦੇਣ ਵਾਸਤੇ ਦਿੱਤੇ ਨੇ, ਜਿਵੇਂ ਰੋਟੀ ਕੁਝ ਦਿੰਦੀ ਹੈ, ਕਦੇ ਮੰਗਦੀ ਨਹੀਂ, ਕੁਝ ਦਿੰਦੀ ਹੈ। ਸੋ ਸਮਾਜ ਨੂੰ, ਆਮ ਲੋਕਾਂ ਨੂੰ ਮੇਰੀ ਅਪੀਲ ਹੈ ਵੀ ਕਦੇ ਕਿਸੇ ਦਾ ਮਾੜਾ ਨਹੀਂ ਸੋਚਣਾ, ਕਦੇ ਕਿਸੇ ਦਾ ਮਾੜਾ ਨਹੀਂ ਸੋਚਣਾ, ਕਦੇ ਕਿਸੇ ਦਾ ਮਾੜਾ ਨਹੀਂ ਕਰਨਾ, ਕਿਉਂਕਿ ਜੈਸਾ ਬੀਜਾ ਸੋ ਲੂਣਾ ਹੈ, ਕਰਮਾ ਸੰਧਰਾ ਖੇਤ, ਬੀਜਾ ਬਿੱਖ ਮੰਗਾ ਅੰਮ੍ਰਿਤ। ਦੇਖੋ ਇਹ ਅਨਿਆਉ, ਜਿਹੋ ਜਿਹਾ ਅਸੀਂ ਬੀਜ ਬੀਜਾਂਗੇ ਫਲ ਨੂੰ ਉਹੀ ਲੱਗਣਾ। ਸੋ ਜ਼ਿੰਦਗੀ 'ਚ ਕਦੇ ਕਿਸੇ ਦਾ ਮਾੜਾ ਨਾ ਕਰੋ। ਮਾਨਵਤਾ ਅਤੇ ਮਨੁੱਖਤਾ ਦੀ ਭਲਾਈ ਦੇ ਕਾਰਜ ਸਾਨੂੰ ਕਰਨੇ ਚਾਹੀਦੇ ਨੇ। ਸਾਨੂੰ ਇਸ ਇਨਸਾਨ ਤੋਂ ਦੁਬਾਰਾ ਫਿਰ ਅਪੀਲ ਕਰਦਾ ਵੀ ਇਹਨੂੰ ਦੇਖ ਕੇ ਸਾਨੂੰ ਕੁਝ ਸਿੱਖਣਾ ਚਾਹੀਦਾ। ਨਹੀਂ, ਜ਼ਿੰਦਗੀ ਵਿੱਚ ਅਸੀਂ ਯਾਰ ਕਿਰਤ ਕਰਨੀ ਹੈ, ਜ਼ਿੰਦਗੀ ਵਿੱਚ ਅਸੀਂ ਮਿਹਨਤ ਕਰਨੀ ਹੈ। ਮਿਹਨਤ ਦੀ ਰੋਟੀ ਖਾਣ ਦਾ ਇੱਕ ਵੱਖਰਾ ਹੀ ਆਨੰਦ ਹੁੰਦਾ, ਵੱਖਰਾ ਹੀ ਸਵਾਦ ਹੁੰਦਾ ਮਿਹਨਤ ਦੀ ਰੋਟੀ ਦਾ। ਆਓ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜ਼ਿੰਦਗੀ ਦੇ ਵਿੱਚ ਜਿਸ ਇਨਸਾਨ ਨੇ ਆਪਦੀ ਫਰਜ਼ ਦੀ ਪਹਿਚਾਣ ਕੀਤੀ ਹੈ ਉਹੀ ਅਸਲੀ ਇਨਸਾਨ ਹੋਣ ਦਾ ਹੱਕਦਾਰ ਹੈ। ਚੰਗੇ ਇਨਸਾਨ ਬਣੀਏ, ਮਾਨਵਤਾ ਦੇ, ਮਨੁੱਖਤਾ ਦੀ ਭਲਾਈ ਦੇ ਕਾਰਜ ਕਰੀਏ। ਸਾਡੇ ਪ੍ਰਧਾਨ ਅਰਵਿੰਦ ਛਾਵੜਾ ਜੀ, ਮਨਪ੍ਰੀਤ ਸਿੰਘ ਬਰਾੜ, ਇਹ ਸਾਡੀ ਪੂਰੀ ਟੀਮ ਦੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿੰਨਾ ਵੀ ਭਲਾ ਕਰ ਸਕੀਏ ਉਹਨਾਂ ਮਾਨਵਤਾ ਦੇ, ਮਨੁੱਖਤਾ ਦੇ ਭਲਾਈ ਦੇ ਕਾਰਜ ਅਸੀਂ ਕਰੀਏ। 125 ਕਰੋੜ ਦੀ ਲਾਗਤ ਦੇ ਨਾਲ ਕੈਂਸਰ ਡਿਟੈਕਸ਼ਨ ਵੈਨ ਜਿਹੜੀ ਹੈ ਰੋਟਰੀ ਕਲੱਬ ਨੇ ਡੋਨੇਟ ਕੀਤੀ ਹੈ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਨੂੰ। ਉਹਦੇ ਵਿੱਚ ਕੈਂਸਰ ਦਾ ਚੈੱਕਅਪ ਹੋ ਜਾਂਦਾ, ਅਰਲੀ ਸਟੇਜ 'ਤੇ ਪਤਾ ਲੱਗ ਜਾਂਦਾ ਵੀ ਸਾਨੂੰ ਕੈਂਸਰ ਹੈ ਕਿ ਨਹੀਂ ਹੈ। ਦਿੱਲੀ ਦੇ ਇੱਕ ਸਾਡੇ ਚਾਰਟਰ ਅਕਾਊਂਟੈਂਟ CA ਵਿਨੋਦ ਬਾਂਸਲ ਜੀ, ਬੇਸ਼ੱਕ ਅੱਜ ਦੁਨੀਆ 'ਤੇ ਨਹੀਂ ਲੇਕਿਨ ਸਾਡੀ ਇੱਕ ਮੈਚਿੰਗ ਗ੍ਰਾਂਟ ਹੁੰਦੀ ਹੈ, 125 ਕਰੋੜ ਦੀ 2 ਲੱਖ ਦੀ ਲਾਗਤ ਨਾਲ ਅਸੀਂ ਇਹਨੂੰ ਡੋਨੇਟ ਕੀਤੀ ਹੈ। ਹੋਰ ਵੀ ਕਾਰਜ ਜਿਹੜਾ ਹੈ ਰੋਟਰੀ ਹਮੇਸ਼ਾ ਮਾਨਵਤਾ ਦੇ, ਮਨੁੱਖਤਾ ਦੀ ਭਲਾਈ ਦੇ ਕਾਰਜ ਕਰਦੇ ਰਹਿੰਦੇ ਨੇ। ਸਮਾਜ ਨੂੰ ਦੁਬਾਰਾ ਫਿਰ ਮੇਰੀ ਅਪੀਲ ਹੈ ਵੀ ਹਮੇਸ਼ਾ ਸਭਨਾਂ ਦਾ ਭਲਾ ਕਰਿਓ, ਕਿਉਂਕਿ ਸਭਨਾਂ ਦਾ ਭਲਾ ਕਰਨਾ ਇੱਕ ਮਨੁੱਖ ਦੇ ਹਿੱਸੇ ਆਇਆ ਹੈ। ਥੈਂਕਸ ਏ ਲੋਟ। ਮੈਂ ਰਵਿੰਦਰ ਕੁਮਾਰ ਛਾਵੜਾ, ਅੱਜ ਅਸੀਂ ਦਿਨੇਸ਼ ਕੁਮਾਰ ਜੀ ਨੂੰ ਇੱਕ ਵੀਲ ਚੇਅਰ ਭੇਟ ਕੀਤੀ ਜੋ ਆਪਦਾ ਹੱਥੀ ਕਿਰਤ ਕਰਕੇ ਕੰਮ ਵਧੀਆ ਕਰ ਰਿਹਾ, ਤਿਆਰੀਆਂ 'ਚ ਕੰਮ ਕਰ, ਭੀਖ ਮੰਗਣ ਨਾਲੋਂ ਇੱਕ ਨੌਕਰੀ ਕਰਕੇ ਵਧੀਆ ਆਪਦਾ ਜ਼ਿੰਦਗੀ ਬਤੀਤ ਕਰ ਰਿਹਾ ਅਤੇ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਇਹਨੂੰ ਇਹਦੀ ਹੈਲਪ ਕੀਤੀ। ਅਸੀਂ 50 ਵੀਲ ਚੇਅਰਾਂ ਸਾਰੇ ਆਪਣੇ ਸਿਵਲ ਹਸਪਤਾਲ ਮੈਡੀਕਲ ਅਤੇ ਅਲੱਗ ਅਲੱਗ ਬੰਦਿਆਂ ਨੂੰ ਡੋਨੇਟ ਕਰ ਚੁੱਕੇ।
इस वीडियो नू अगे शेयर जरूर करना जी। कृपा करके साडे चैनल नू सब्सक्राइब जरूर कर लो जी। हुण तुसी फास्ट अनयूज पंजाब दी ऐप प्ले स्टोर तो इंस्टॉल करके नवियां अते ताज़ा खबरां पाड़ अते देख सकते हो। धन्यवाद।